ਦੇਖੋ ਕੀ ਕਰਦੀ ਆ ਦੇ ਕੀ ਕਰਦੀ ਆ ਜੀ ਆਹ ਦੇ ਆਹ ਦੇ ਆਹ ਦੇ ਕਰਨ ਲੱਗੀ ਆ ਕਾਰ ਕਰਦੀ ਆ ਆਇਆ ਇਹ ਕੋਲ ਬਹਿ ਆ ਹਾਂ ਹਾਂ ਆਹ ਕੋਲ ਆ ਕੇ ਬਹਿ ਗਈ ਬਸ ਹਾਂ ਮੀ ਇੱਧਰ ਦੇਖ ਕੰਪਨੀ ਕਿੱਦਾਂ ਓਏ ਕੰਪਨੀ ਭੈਣ ਚੋਦੀ ਚਿੱਟੜ ਦਾ ਕਿੱਦਾਂ ਚਲੋ ਯਾਰ ਕੰਬ ਤੋੜ ਕੇ ਦੇਖੀਦੇ ਆ ਖਾ ਕੇ ਦੇਖਦੇ ਆ ਕਿੱਦਾਂ ਦਾ ਅਸੀਂ ਤੋੜ ਲੈਂਦੇ ਹਾਂ ਮੈਨੂੰ ਕਹਿੰਦਾ ਇਹਨਾਂ ਨੇ ਟੱਟੀਆਂ ਨਾਲ ਵਾਲੀ ਮੈਂ ਕਿਹਾ ਜਗਰੀਲੇ ਆ ਸਾਰੇ ਹੋ ਕਿਤੇ ਸਾਰੇ ਵਧੀਆ ਹੋਣਗੇ ਅਤੇ ਗਾਈਜ਼ ਅੱਜ ਦਾ ਵਲੋਗ ਆਪਣਾ ਹੁਣ ਜਾ ਰਿਹਾ ਆ ਸਾਡੇ ਨਾ ਇੱਕ ਡੋਗ ਆ ਉਹਦਾ ਨਾਮ ਅਸੀਂ ਰਿਮੀ ਰੱਖਿਆ ਆ ਤੁਸੀਂ ਇੱਕ ਦੋ ਵਲੋਗ ਦੇ ਵਿੱਚ ਪਿੱਛੇ ਦੇਖਿਆ ਹੋਣਾ ਜੇ ਨਹੀਂ ਦੇਖਿਆ ਤਾਂ ਇਸ ਵਲੋਗ ਦੇ ਵਿੱਚ ਤੁਹਾਨੂੰ ਦਿਖਾ ਦੂੰਗਾ ਰੋਡ ਵੀਲਰ ਆ ਅਤੇ ਇੱਧਰ ਫੋਟੋ ਆਉਣ ਡੀ ਹੋਊਗੀ ਇਹ ਵਾਲੀ ਇਹ ਵਾਲਾ ਅਤੇ ਅੱਜ ਆਪਾਂ ਇਹਦੇ 'ਤੇ ਵਲੋਗ ਬਣਾਵਾਂਗੇ ਅਤੇ ਆਪਾਂ ਇਹਨੂੰ ਅੱਜ ਇਹਦੇ ਨਾਲ ਆਵਾਂਗੇ ਅਤੇ ਬਸ ਹੋਰ ਆਪਾਂ ਇਹਦੇ ਨਾਲ ਕੋਈ ਮਤਲਬ ਹੋਰ ਇਹਨੂੰ ਖਿਲਾਵਾਂ ਖਲੂਵਾਂਗੇ ਠੀਕ ਆ ਅਤੇ ਇਹਦੇ 'ਤੇ ਵਲੋਗ ਹੋਊਗਾ ਅਤੇ ਜਿਹੜੇ ਚੈਨਲ 'ਤੇ ਨਵੇਂ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਇਕਨ ਨੂੰ ਦੱਬ ਦਿਓ ਅਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਠੀਕ ਆ ਅਤੇ ਚਲੋ ਵਲੋਗ ਨੂੰ ਜ਼ਿਆਦਾ ਲੰਬਾ ਨਾ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ ਅਤੇ ਜਾਂਦੇ ਹਾਂ ਜਾ ਕੇ ਉਹਨੂੰ ਖਿਲਾਉਂਦੇ ਹਾਂ ਠੀਕ ਆ ਬਸ ਠੀਕ ਆ ਅਤੇ ਉਹਨੂੰ ਨਲਾਉਣਾ ਅੱਜ ਠੀਕ ਆ ਚਲੋ ਲਾਸਟ ਤੱਕ ਦੇਖਿਓ ਵਲੋਗ ਨੂੰ ਕੰਪਨੀ ਕਿੱਦਾਂ ਓਏ ਕੰਪਨੀ ਭੈਣ ਚੋਦੀ ਚਿੱਟੜ ਦਾ ਇੱਧਰ ਇੱਧਰ ਆਇਆ ਆਇਆ ਰਿਮੀ ਇਹ ਕੋਲ ਬਹਿ ਹਾਂ ਹਾਂ ਆਹ ਕੋਲ ਆ ਕੇ ਬਹਿ ਗਈ ਬਸ ਹਾਂ ਥੋੜ੍ਹੀ ਦੇਰ ਤੱਕ ਇਹਨੂੰ ਲੜਾਉਂਦੇ ਹਾਂ ਉਹ ਚੈਂਪੂ ਚੁੰਕੀ ਆ ਲੱਭਦਾ ਸੰਗਲੀ ਲੱਭ ਪਹਿਲਾਂ ਇਹਦੀ ਆ ਦੇ ਪਈ ਉੱਤੇ ਕਿੰਨੀਆਂ ਸੰਗਲੀਆਂ ਪਈਆਂ ਕਮਰਾ ਛੋਟਾ ਜਿਹਾ ਠੀਕ ਆ ਅੰਦਰੋਂ ਦੇਖ ਲੋ ਤੇ ਖੜੀ ਆ ਰਿਮੀ ਆਜਾ ਐਕਟਿਵ ਨਹੀਂ ਹੈਗੀ ਨਹੀਂ ਤਾਂ ਅੱਗੇ ਉਦੋਂ ਹੀ ਭੱਜਦੀ ਹੋਣੀ ਹੁੰਦੀ ਸੀ ਕਿਹੜੀ ਚਾਬੀ ਆ ਨੈਕਸਟ ਡੇ ਠੀਕ ਆ ਅਤੇ ਆਪਾਂ ਅਗਲੇ ਦਿਨ ਆਏ ਹਾਂ ਇੱਥੋਂ ਅਤੇ ਇਹਨੂੰ ਪਹਿਲਾਂ ਆਪਾਂ ਰੋਟੀ ਪਾ ਦਈਏ ਠੀਕ ਆ ਹਾਂ ਰਿਮੀ ਕੀ ਹੋਇਆ
ਐ ਰੁਕੀਣੀ ਓ ਆ ਗਈ ਓਏ ਉਹ ਤਾਂ ਕੀੜੀਆਂ ਆ ਦੇ ਉੱਥੇ ਯਾਰ ਰੋਟੀ ਪਾਈ ਸੀ ਜਿਹਨੇ ਖਾਧੀ ਉਹ ਚਾਬੀ ਲੈ ਗਿਆ ਯਾਰ ਧੁੱਪ ਬੜੀ ਆ ਬਾਹਰ ਕਿੱਥੇ ਰੱਖਾਂ ਚਾਬੀ ਫੜਾ ਹਾਂ ਹਾਂ ਲੈ ਲਾ ਰੋਟੀ ਆਇਆ ਮਤਲਬ ਬੁਰਕੀਆਂ ਕਰਦੀ ਹੈ ਯਾਰ ਉਹ ਉਹੀ ਖਾਣ ਲੱਗੀ ਆਜਾ ਆ ਤੇ ਆ ਗਈ ਆਜਾ ਆਜਾ ਖਾ ਖਾ ਰੋਟੀ ਖਾ ਖਾਊਗੀ ਵੀ ਕਾਲਾ ਖਾਲਾ ਲੈ ਯਾਰ ਇਹਨੂੰ ਪਤਾ ਨੀ ਕੀ ਹੋਇਆ ਆ ਖਾਂਦੀ ਨੀ ਹੈਗੀ ਉਹ ਕਿੰਨੇ ਦਿਨ ਹੋ ਗਏ ਨਹੀਂ ਖਾਧੀ ਇਹਨੇ ਆਜਾ ਇੱਥੇ ਪਾ ਦਿੰਦਾ ਆਜਾ ਭੈਣੇ ਉਹੀ ਖਾਧੀ ਆਜਾ ਬਾਬੇ ਅੰਬ ਕਿੰਨੇ ਲੱਗੇ ਇੱਥੇ ਤੁਹਾਨੂੰ ਅੰਬ ਦਿਖਾਉਂਦਾ ਮੈਂ ਆਹ ਦੇਖੋ ਉਹ ਕਿੰਨੇ ਕਿੱਡੇ ਲੱਗੇ ਅੰਬ ਦੇਖੋ ਮਾਰਾ ਅੰਬਾਂ ਅੰਬਾਂ ਜੋੜੀ ਲੱਗੀ ਆ ਲੈ ਜਾਓ ਜਿਹਨੇ ਲੈ ਕੇ ਜਾਣੇ ਲਾ ਕੇ ਠੀਕ ਆ ਜਾਓ ਆ ਸਪਰੇਅ ਕੀ ਕਰਨੀ ਹੁਣ ਕੀੜੀਆਂ ਤੇ ਕੀ ਹੋਇਆ ਬੂ ਉਹੀ ਖਾਈ ਜਲਦੀ ਇੱਧਰ ਆਇਆ ਆਜਾ ਓਏ ਉਹ ਆਹ ਚੱਲਦਾ ਪਾਣੀ ਆਹ ਵਾਲਾ ਪੈਪ ਜਿਹਾ ਯਾਰ ਨੜਾਉਣ ਨੂੰ ਮੈਂ ਤਾਂ ਕਹਿੰਦਾ ਰਹਿ ਨਹੀਂ ਦਿੰਦੇ ਆ ਦੇਖੋ ਯਾਰ ਕੀ ਕਰੀ ਜਾਂਦੀ ਇਹਦੀ ਹਾਲਤ ਨਹੀਂ ਸਹੀ ਯਾਰ ਇਹਦੀ ਕੀ ਅੱਛਾ ਕਾਲਾ ਕਾਲਾ ਦੀ ਗਿਆ ਕੋਈ ਦੀ ਹਾਂ ਨਲਾਈਏ ਤੈਨੂੰ ਓਏ ਹਾਂ ਉੱਧਰ ਹਾਂ ਕੰਬਦੀ ਆ ਓਏ ਪਹਿਲਾਂ ਖਾਧੀ ਨੀ ਹੁਣ ਕੀੜੀਆਂ ਕੀੜੀਆਂ ਜਿਹੜੀਆਂ ਉਹ ਉਹੀ ਖਾਣ ਲੱਗੀ ਆ ਲੈ ਜਾ ਤੈਨੂੰ ਕਾ ਡੋਂਗਾ ਚੱਕ ਕੇ ਜਲਦੀ ਹੈ ਜੋ ਮਗਰ ਨਾ ਜਵੇ ਨਹੀਂ ਆਉਂਦੀ ਲੈ ਜਾ ਜਾ ਉਧਰਲੀ ਸਾਈਡ ਤੇ ਨਾ ਥੱਲੇ ਮਰ ਗਿਆ ਆ ਦੇਖੋ ਆਏ ਹਾਏ ਕੀੜੀਆਂ ਦੇਖੋ ਕਿੰਨੀਆਂ ਘੁੰਮਦੀਆਂ ਤਾਂ ਕਰਕੇ ਉਹ ਸਪਰੇ ਨੀ ਕਰਨੀ ਉਧਰੋਂ ਆਉਂਦੀਆਂ ਦੇਖੋ ਆਹ ਦੇਖੋ ਸਾਰੇ ਇੱਧਰ ਥੱਲੇ ਡਹਿ ਜਾਣੀ ਉਹ ਕਿੰਨੀਆਂ ਯਾਰ ਮੈਂ ਤਾਂ ਕਹਿੰਦਾ ਅੱਛਾ ਰਹਿਣ ਦਿੰਦੇ ਨੜਾਉਣ ਨੂੰ ਵੇਲਾ ਕਿੱਦਾਂ ਉਹ ਛੱਡੋ ਯਾਰ ਨਹਾਉਣ ਨੂੰ ਆਏ ਹਾਏ ਇਹਦੀ ਸਮੈਲ ਕਿੱਦਾਂ ਦੀ ਯਾਰ ਕੀੜੀਆਂ ਤੋਂ ਕੀੜੀਆਂ ਜ਼ਿਆਦਾ ਸੀਗੀਆਂ ਤਾਂ ਕਰਕੇ ਸਪਰੇ ਕਰਨ ਲੱਗੇ ਹਾਂ ਅਤੇ ਇਹਨੂੰ ਆਹ ਹੁਣ ਸਾਰਾ ਹੀ ਧੋਣਾ ਯਾਰ ਇਹਨੂੰ ਰੋਟੀ ਪਾ ਦੇ ਯਾਰ ਆ ਜਾ ਇੱਧਰ ਰੋਟੀ ਪਾ ਦੇ ਸਾਰੀਆਂ ਲਿਆ ਮੈਂ ਚੱਕ ਕੇ ਸਾਰੀਆਂ ਪਤਾ ਨਹੀਂ ਇਹਦੀਆਂ ਪਹਿਲਾਂ ਬੁਰਕੀਆਂ ਕਰਦੀਆਂ ਰਿਮੀ ਹੋਇਆ ਕੀ ਤੈਨੂੰ ਓਏ ਭੈਣ ਚ ਪਤਾ ਨੀ ਕੀ ਹੋਇਆ
ਪਹਿਲਾਂ ਬੜੀ ਸੋਹਣੀ ਖੇਡਦੀ ਹੁੰਦੀ ਸੀਗੀ ਰੋਟੀ ਵੀ ਨਹੀਂ ਖਾਂਦੀ ਹਾਂ ਰੋਟੀ ਅੱਜ ਤਾਂ ਦੁੱਧ ਵਾਲੀ ਰੋਟੀ ਦਿੱਤੀ ਹੈ ਨਾ ਰੋਟੀ ਖਾ ਜਾ ਹਾਂ ਹਾਏ ਕਾ ਖਾਣਾ ਚੱਲ 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 ਤੈਨੂੰ ਨਹੀਂ ਕੱਖ ਦੇ ਇਹਨੇ ਪੈ ਪੈਣਾ ਰੋਟੀ ਦਿੱਤੀ ਆ ਬਸ ਹੁਣ ਦਾਲ ਨਹੀਂ ਉਹਨੇ ਖਾਧੀ ਉਹਦੇ ਗੁੱਸੇ ਹੁੰਦੀ ਬਈ ਅਸੀਂ ਯਾਰ ਹੁਣ ਉਹਨੂੰ ਨੜਾਉਣ ਤਾਂ ਨਹੀਂ ਲੱਗੇ ਹੈਗੇ ਆਹ ਮਾੜਾ ਯਾਰ ਆਹ ਜਿਹਾ ਸਾਫ਼ ਕਰ ਦਿੰਦੇ ਹਾਂ ਉਹਨੂੰ ਨੜਾਵਾਂ ਕਿਸੇ ਹੋਰ ਦਿਨ ਅਤੇ ਕਿਉਂਕਿ ਯਾਰ ਉਹ ਠੀਕ ਨਹੀਂ ਹੈਗੀ ਪਤਾ ਨਹੀਂ ਉਹਨੂੰ ਕੁਛ ਹੋਇਆ ਆ ਅਤੇ ਹੁਣ ਅਸੀਂ ਬਸ ਆਹ ਇਹ ਧੋਣ ਲੱਗੇ ਹਾਂ ਅਤੇ ਬਸ ਚੱਪਲਾਂ ਮੇਰੀਆਂ ਬੜੀਆਂ ਤਿਲਕਦੀਆਂ ਮੈਂ ਡਿੱਗ ਡੁੱਗ ਜਾਣਾ ਸਫਾਈ ਕੰਮ ਸ਼ੁਰੂ ਕਰਦੇ ਆ ਠੀਕ ਆ ਕੰਟੈਕਟ ਕਰ ਲਿਓ ਜਿਹਨੇ ਸਾਡੇ ਨਾਲ ਖਾਣਾ ਉੱਤੇ ਹਾਂਜੀ ਭੈਣੇ ਚਲੋ ਯਾਰ ਪਹਿਲਾਂ ਸਫਾਈ ਸਫੂਈ ਕਰ ਦਿੰਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ ਠੀਕ ਆ ਕੀ ਕਰਦੀਆਂ ਜੀ ਆਉਂਦੇ ਆਹ ਦੇ ਕਰਨ ਲੱਗੀ ਆ ਕਾਰ ਕਰਦੀ ਆ ਯਾਰ ਗਰਮੀ ਬਹੁਤ ਆ ਸਾਨੂੰ ਹੀ ਕਿੰਨੀ ਗਰਮੀ ਲੱਗਦੀ ਆ ਦੇਖ ਲਓ ਇਹਨਾਂ ਨੂੰ ਕਿੰਨੀ ਲੱਗਦੀ ਹੋਊਗੀ ਹੈ ਨਾ ਬਸ ਆਵਾਂ ਧੋ ਗਿਆ ਆ ਬਸ ਹੋਪ ਕਰਦੇ ਹਾਂ ਯਾਰ ਤੁਹਾਨੂੰ ਆਹ ਵਲੌਗ ਚੰਗਾ ਲੱਗਾ ਹੋਊਗਾ ਹੈ ਚੱਪਲਾਂ ਬਣੀਆਂ ਤਿਲਕਣੀਆਂ ਐਨੀਵੇਸ ਅਤੇ ਹੋਪ ਕਰਦੇ ਹਾਂ ਯਾਰ ਤੁਹਾਨੂੰ ਆਹ ਵਲੌਗ ਵਧੀਆ ਲੱਗਾਊਗਾ ਬਾ ਮਾੜਾ ਜਿਹਾ ਸੀਗਾ ਅਤੇ ਇਹਦੇ ਵਿੱਚ ਯਾਰ ਆਪਾਂ ਨੜਾਉਣਾ ਸੀ ਇਹਨੂੰ ਪਰ ਇਹ ਦੇਖੋ ਕੀ ਕਰੀ ਜਾਂਦੀ ਇਹਨੂੰ ਮੈਨੂੰ ਸਮਝ ਨਹੀਂ ਆਉਂਦੀ ਅਤੇ ਚਲੋ ਛੱਡੋ ਅਤੇ ਕਿਸੇ ਹੋਰ ਦਿਨ ਦੇਖਾਂਗੇ ਅਤੇ ਆਉਂਦੇ ਅਤੇ ਦੇਖੋ ਕੀ ਕਰੀ ਜਾਂਦੀ ਲਾ ਕੇ ਆਉਂਦੇ ਗਰਮੀ ਬਹੁਤ ਆਈ ਯਾਰ ਮੇਰਾ ਤਾਂ ਫੋਨ ਵਾਰ ਵਾਰ ਹੀਟ ਹੋਈ ਜਾਂਦਾ ਚਲੋ ਛੱਡੋ ਆਪਾਂ ਵਲੌਗ ਨੂੰ ਇੱਥੇ ਖਤਮ ਕਰਦੇ ਹਾਂ ਹੋਪ ਕਰਦੇ ਤੁਹਾਨੂੰ ਵਲੌਗ ਵਧੀਆ ਲੱਗਾਂਗਾ ਵਧੀਆ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਇੱਦਾਂ ਦੇ ਵਲੌਗ ਆਉਂਦੇ ਰਹਿੰਦੇ ਆ ਅਤੇ ਜਿਹੜੀ ਆਪਾਂ ਇਹਨੂੰ ਰੋਟੀ ਪਾਈ ਸੀ ਉਹ ਤਾਂ ਇਹਨੇ ਖਾ ਲਈ ਓਏ ਹੈਲੋ
ਰੋਟੀ ਖਾ ਲਈ ਇਹਨੇ ਮੈਂ ਕਿਹਾ ਉਹ ਵਾਲੀ ਤੇ ਚਲੋ ਯਾਰ ਵਲੌਗ ਨੂੰ ਇੱਥੇ ਖਤਮ ਕਰਦੇ ਹਾਂ ਥੈਂਕਸ ਫੋਰ ਵਾਚਿੰਗ ਅਤੇ ਸੱਚ ਯਾਰ ਇਹਦਾ ਨਾ ਅਸੀਂ ਨਾਮ ਜਿਹੜਾ ਹੈ ਨਾ ਉਹ ਰਿੰਮੀ ਆ ਰਿੰਮੀ ਰੱਖਿਆ ਠੀਕ ਆ ਅਤੇ ਬਸ ਆ ਗਈ ਹੋਈ ਕਾਲਾ ਹੀ ਹੋ ਗਿਆ ਸੀ ਬਾਏ ਕਰਦੇ ਰਿੰਮੀ ਬਾਏ ਚਲੋ ਯਾਰ ਕੰਬ ਤੋੜ ਕੇ ਦੇਖਦੇ ਹਾਂ ਖਾ ਕੇ ਦੇਖਦੇ ਹਾਂ ਕਿੱਦਾਂ ਦਾ ਅਸੀਂ ਤੋੜ ਲੈਂਦੇ ਹਾਂ ਪਹਿਲਾਂ ਧੋ ਲੈਂਦੇ ਹਾਂ ਜੀ ਆਪਾਂ ਖਾਣ ਦੇ ਮੜਿਆ ਖਾ ਕੇ ਦੇਖਦੇ ਹਾਂ ਉਹ ਕਿੱਦਾਂ ਦਾ ਉਹ ਚਟਣੀ ਬਣਦੀ ਹੁੰਦੀ ਇਹਨਾਂ ਦੀ ਬਥੇਰੇ ਲੱਗੇ ਤੋੜ ਲਵਾ ਕੇ ਕਿੱਦਾਂ ਦਾ ਉਹ ਮੈਨੂੰ ਕਹਿੰਦਾ ਇਹਨਾਂ ਨਾਲ ਟੱਟੀਆਂ ਨਾਲ ਵਾਲੀ ਮੈਂ ਕਿਹਾ ਜਗਰੀਲੇ ਆ ਚੰਗਾ ਰਿੰਮੀ ਬਾਏ ਉਹ ਕਿੱਦਾਂ ਦੇਦੀ ਓਕੇ ਚੰਗਾ ਮੈਨੂੰ ਵੀ ਲੈ ਕੇ ਜਾਣਾ ਬਾਹਰ ਜਾਣਾ ਪਹਿਲਾਂ ਚਲੋ ਬਈ ਅਗਲੀ ਵਾਰੀ ਸੇਠੋ ਦੀ ਮਾਂ ਕਾਲ ਕਰ ਤਬਾ ਕੇ ਲੈ ਕੇ ਸੇਠੋ ਦੀ ਜੇ